दुनिया नूं मुश्किलात दे अंदर जिंदगी बसर करन दा तरीका की दसिया। नूह अलैहि सलाम जो सलाम ने किहदे अल पुकारिया, इंशाअल्लाह ताला मैं अहबाब दे खुश गुजार करां। कुराने मजीद के अंदरों में एक ऐसी सूरत का इंतखाब किया है जिस सूरत को अल्लाह ने नाम ही ऐसा दिया है कि जिसका नाम ही सूरत नूह अलैहिस्सलाम पैगंबर के नाम से अल्लाह ने ना रखे। ये पैगंबर दुनिया च आया, इहदे आन दे चर्चे अल्लाह रब्बुल आलमीन ने किस अंदाज कर दावत का मैदान साढ़े 900 साल का अरसा है।
दावत दी है
समा आले
ਬੇੜਿਆਂ ਚ ਵੀ ਮਦਦ ਕਰੇਗਾ ਨਾ ਫਰਮਾਇਆ ਵਾਇਆ ਜਾਲ ਲਕੁਮ ਜੰਨਾ ਜਿਉਂ ਵਾਇਆ ਜਾਲ ਲਕੁਮ ਨਹਾਰਾ ਅੱਲਾ ਤੁਹਾਨੂੰ ਨਹਿਰਾ ਵੀ ਦੇਗਾ ਅੱਲਾ ਤੁਹਾਡੀਆਂ ਬਾਹਾਂ ਚ ਫਲ ਵੀ ਪੈਦਾ ਕਰ ਦੇਗਾ ਇਸਤਗਫਾਰ ਦੇ ਕਿੰਨੇ ਫਾਇਦੇ ਨੂਹ ਅਲੈਹਿ ਸਲਾਤੁ ਸਲਾਮ ਨੇ ਦੱਸੇ ਫਰਮਾਇਆ ਅੱਲਾ ਜਿੰਨਾਂ ਨੂੰ ਮੈਂ ਕਿਹਾ ਮੈਂ ਦਾਵਤ ਕੀਤੀ ਹੈ ਪਰ ਨਾਲ ਫਰਮਾਇਆ ਯੁਰਸਿਲਿ ਸਮਾ ਲਕੁਮ ਲਾ ਤਰਜੂਨਾ ਲਿਲਾਹੀ ਬਕਾਰਾ ਉਹ ਤੁਹਾਨੂੰ ਹੋ ਕੀ ਗਿਆ ਕਿ ਤੁਸੀਂ ਅੱਲਾ ਦੀ ਅਜ਼ਮਤ ਨੂੰ ਅੱਲਾ ਦੀ ਬੜਾਈ ਨੂੰ ਤੇ ਅੱਲਾ ਦੀ ਸ਼ਾਨ ਨੂੰ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਡਰਦੇ ਆ ਅੱਲਾ ਦੇ ਦੋਨੋਂ ਕਿਉਂ ਨਹੀਂ ਡਰਦੇ ਅੱਲਾ ਦਾ ਵਕਾਰ ਕਿਉਂ ਨਹੀਂ ਕਰਦੇ ਨਾਲ ਫਰਮਾਇਆ ਵਕਾਦ ਮਾ ਅਲਕੁਮ ਲਾ ਅਤਰਜੂਨਾ ਲਿਲਾਹਿ ਵਕਾਰਾ ਫਿਰ ਇਨਸਾਨ ਬਣਾਇਆ ਫਿਰ ਨੁਤਫੇ ਦੇ ਜ਼ਰੀਏ ਮਾਂ ਦੇ ਬੁਦਮਾਂ ਕੋ ਪਹੁੰਚਾਇਆ ਹਾਂ ਫਿਰ ਦੁਨੀਆ ਮਾਂ ਦੇ ਪੇਟ ਦੇ ਅੰਦਰ ਖੂਨ ਦੀ ਸਪਲਾਈ ਇਹਦੇ ਜਿਸਮ ਨੂੰ ਬਣਾਇਆ ਇਹਦੀਆਂ ਹਾਲਤਾਂ ਬਦਲੀਆਂ 4 ਮਹੀਨਿਆਂ ਤੋਂ ਬਾਅਦ ਇਹਦਾ ਨਸੀਬ ਲਿਖ ਦਿੱਤਾ ਇਹਦੇ ਅੰਦਰ ਰੂਹ ਫੂਕ ਦਿੱਤੀ ਫਿਰ ਅਸੀਂ ਇਹਨੂੰ ਦੁਨੀਆ ਤੇ ਲਿਆਂਦਾ ਦੁਨੀਆ ਤੇ ਲਿਆ ਕੇ ਫਿਰ ਕੀ ਬਣਿਆ ਬੱਚਾ ਆ ਬਣ ਕੇ ਮੁੜ ਜਗ ਤੇ ਆ ਕਿਉਂ ਤੇ ਬੰਨੀ ਫਿਰੇ ਬਣ ਕੇ ਮੁੜ ਜਗ ਤੇ ਆ ਗਿਓ ਤੇ ਬੰਨੀ ਫਿਰੇ ਲੰਗੋਟੀ ਤੇ ਬੁੜ ਸ਼ੇਰ ਜਵਾਨਾ ਤੇ ਬੁੜੜਾ ਹੋ ਗਿਓ ਤੇ ਤੁਰ ਫਿਰ ਨਾ ਸਕੇ ਬਿਨ ਸੋਟੀ ਗਰਦਨ ਸੁੱਕ ਗਈ ਮੋਟੀ ਮੇਰੇ ਅਮੀਰਾ ਆਪਣੀਆਂ ਹਾਲਤਾਂ ਤੇ ਵੇਖਦਾ ਅੱਲਾ ਫਰਮਾਉਂਦੇ ਨੇ ਮਾਲਕੁਮ ਲਾ ਤਰਜੂਨਾ ਲਿਲਾਹਿ ਬਕਾਰਾ ਉਹ ਕਿਉਂ ਨਹੀਂ ਤੁਸੀਂ ਅੱਲਾ ਤੋਂ ਡਰਦੇ ਜਦਕਿ ਅੱਲਾ ਨੇ ਵਕਦ ਖਾਲਕਕੁਮ ਅਤਵਾਰਾ ਤੁਹਾਡੇ ਦੌਰ ਬਦਲੇ ਅਤਵਾਰ ਬਦਲਿਆ ਦੌਰ ਅਤਵਾਰ ਆਸਮਾਨ ਬਣਾਏ ਇੱਕ ਦੇ ਉੱਤੇ ਦੂਜਾ ਦੂਜੇ ਦੇ ਉੱਤੇ ਤੀਜਾ ਸੱਤ ਆਸਮਾਨ ਤੁਸੀਂ ਵੇਖਦੇ ਨਹੀਂ ਹੋ ਫਰਮਾਇਆ ਵਾ ਜਅਲਲ ਕਮਰ ਫੀਹਿਮ ਨੂਰ ਜਾਲਲ ਕਮਰ ਫੀ ਹਿੰਨ ਨੂਰ ਅਸੀਂ ਫਿਰ ਇਸ ਤੋਂ ਬਾਅਦ ਚੰਦ ਦੇ ਅੰਦਰ ਨੂਰ ਭਰਿਆ ਕਿਰਨਾਂ ਭਰੀਆਂ ਰੋਸ਼ਨੀ ਭਰੀ ਅੱਲਾ ਫਰਮਾਉਂਦੇ ਨੇ ਵਜਾਲ ਸ਼ਮਸਾ ਸਿਰਾਜਾ ਅਸੀਂ ਸੂਰਜ ਨੂੰ ਚਮਕਦਾ ਹੋਇਆ ਰੋਸ਼ਨੀ ਦੇਣ ਵਾਲਾ ਬਣਾ ਦਿੱਤਾ ਚੰਦ ਵੇਖਦੇ ਹੋ ਕਿੱਡਾ ਸੋਹਣਾ ਹੈ ਕਦੀ ਵੇਖਿਆ ਸੂਰਜ ਵੇਖਿਆ ਕਿੰਨਾ ਅੱਲਾ ਨੇ ਪਿਆਰਾ ਬਣਾਇਆ ਅੱਲਾ ਫਰਮਾਉਂਦੇ ਨੇ ਵਜਾਲਲ ਕਮਰ ਫੀ ਇਨ ਨੂਰ ਵਜਾਲ ਸ਼ਮਸ ਸਿਰਾਜਾ ਵੱਲਾਹੁ ਅੰਬਤਕੁਮ ਮਿਨ ਅਰਜ਼ ਨਬਾਤਾ ਤੇ ਜ਼ਮੀਨ ਦੀ ਬਿੰਦੇ ਅਸੀਂ ਚੰਗੂਰੀਆਂ ਕਿਚ ਪੈਦਾ ਕੀਤੀਆਂ ਫਰਮਾਇਆ ਤੁਮ ਮਾਯੂ ਈਦੁਕੁਮ ਫੀਹਾ ਉਹ ਬੰਦਿਆ ਇੱਕ ਵਕਤ ਆਏਗਾ ਜੋ ਇਹਦੇ ਵਿੱਚ ਮੁੜ ਜਾਏਗਾ ਇਹਦੇ ਵਿੱਚ ਚਲਾ ਜਾਏਗਾ ਵਾਯੂ ਫਰੀ ਜੋ ਕੋ ਮਿਹਰਾ ਜਾ ਸੀ ਜ਼ਮੀਨ ਚ ਫਿਰ ਘਟ ਦੋ ਐ ਸੂਰਤ ਕਿੰਨੀ ਕੇ ਖੁਲਾਸਾ ਅੱਲਾ ਨੇ ਪੂਰੇ ਪੈਗੰਬਰ ਦੀ ਜ਼ਿੰਦਗੀ ਦਾ ਔਰ ਇਹਦੇ ਨਾਲ ਨਾਲ ਆਉਣ ਵਾਲੀ
फरमाया मेरे अल्लाह
ਤਾਕਦਾ ਪਿਛਾ ਮੁੜਾਏ ਅਗਾਈ ਜਾਏਗਾ ਤੇ ਇਹਨਾਂ ਨੂੰ ਹੁਣ ਅੱਲਾ ਅੱਗੇ ਹੀ ਰੱਖੀਆਂ ਇਹਨਾਂ ਨੂੰ ਹੁਣ ਗੁਮਰਾਹ ਹੀ ਰੱਖੀਆਂ ਦਾਇਆ ਤਾਲੇ ਪਾਸੇ ਨਾ ਹੀ ਹੁਣ ਮਿਮਾ ਕਜੀ ਆਦੀ ਮੋਹਰੀ ਕੋ ਫਬੁਦ ਖਿਲੋ ਨਾਰਾ ਅੱਲਾ ਫਰਮਾਉਂਦੇ ਨੇ ਮੈਂ ਬਣਿਆ ਕੀ ਹੈ ਆਸਮਾਨਾਂ ਤੋਂ ਵੀ ਪਾਣੀ ਉਤਰਿਆ ਜ਼ਮੀਨ ਚੋਂ ਵੀ ਪਾਣੀ ਨਿਕਲਿਆ ਇਹਨਾਂ ਦੇ ਤੰਦੂਰ ਚੋਂ ਵੀ ਪਾਣੀ ਨਿਕਲਿਆ पानी बाहर एनी तेजी नाल जमीन ते फैल गया जमीन सारी दी सारी मुख्तलिफ हिस्सियां तो जनाब पानी निकल रहा आसमान छानरी बन गया हुण जोड़ा जानवर बैठा लै अपनी फैमिली बैठा लै मोमना बैठा लै चल पई है कश्ती है हुण कश्ती जा रही है ते सामने बेटा भी आ गया फरमाया मेरे बेटा साडे नाल सवार हो जा कश्ती दे अंदर ते बेटा की अंदर मैं अब्बा जी पहाड़ ते चढ़ के जान बचा लवांगा मैं पहाड़ ते जिवें अज कोई बंदा कह दे जी मैं मनारे पाकिस्तान ते चढ़ के जान बचा लवांगा मेरे अमीरा कोई मनारे पाकिस्तान ते चढ़ के रब तो बच सकदा नहीं बच सकदा ए बेटा अंदर मैं पहाड़ ते चढ़ जावांगा बाप ने बड़ा समझाया लेकिन नहीं मनिया अखां दे सामने बेटा रुड़ गया क्यों रुड़िया बाप दी नाफरमानी की चीज़ ही है वक़्त दे पैगंबर दी नाफरमानी की चीज़ ही है अल्लाह फरमांदे ने ये सारे असी घर कर दीजे नूबरी सलाम तो सलाम दिए जिन्हां ने नहीं मनी नहीं ता कीती नहीं ये गला तो आद आया फरमाया मिम्मा कती आदि इल्म उबरी हमने कर दिए नारा फिर हमने आगे कन्वर्ट कर दिए जहन्नम में ਰੱਬ ਫਿਰ ਲਈ ਮੇਰੇ ਅੱਲਾ ਬਖਸ਼ ਦੇ ਤੈਨੂੰ
वाली वाली तैया मेरी मां ते मेरे बाप ऐ दुआ अल्लाह की कसम हाथ चुके सब तो पहले दुआ करो केदे लई नहीं बोले मां बाप ली दुआ करो सब तो पहले लफ्ज मां बाप ली फिर अगे अंदाज दूसरा दूसरा पॉइंट फरमाया वाली मन दखल बैतिया मोमिन वालिल मोमिनीन बल मोमिनात मेरे अल्लाह ओनू भी पछ दी जेड़ा मेरे घर दे अंदर दाखिल होया मोमन मर्द होए मोमन औरत होए हां मोमिन वालिल मोमिनीन बल मोमिनात मोमन मर्द होए मोमन औरत होए अल्लाह ओनू भी पछ दई वला الظالمين إلا تبارا ہاں ظالم بندے سوائے ہلاکتوں انہوں کچھ نہیں لبا انہوں سوائے ہلاکتوں کچھ نہ دیئے اللہ انہوں برباد کر دے تو میرے ماں باپ معاف کر دے پوری کائنات اندر جتھے پیتھے بھی کوئی مومن بندہ رہی دے اللہ کی قسم آج اسی ہاتھ چوک لئیے کہ ہاتھ چوک کے پتا کے لیے دعا کرنی چاہیے اگر اندازہ لاؤ پوری دنیا چھ کرائے عرض دے آج کنے مسلمان رہ رہے دے جیڑا بندہ چاند ہے لفظ اور دو دے اللہ پورے مسلمانہ دے برابر انہ دی تعداد دے برابر میں مجرو سواب عطا کر دے وہ آل لفظ بولے کیڑے اللہم اغفر لنا وللمؤمنین والمؤمنات اللہ جنہیں مومن نے مرد نے انہوں نے معاف کر دیتے مومن عورتوں نے ذرا لاؤ حساب کتنی دنیا ہے اللہ پاک اینیاں نیکیاں اتنا اجر اتنا ثواب اینو دیندا ہے تے کولے کھڑا فرشتہ ہوندا ہے اللہ اینے تے اپنے بھرا لئی منگیے اللہ پہلے اینو عطا کردا اللہ کی دعا ہے کہ اللہ دی قسم نوح علیہ الصلوۃ والسلام نے اودوں ذکر کیتا سی اور اج نبی دی حدیث تواڈے سامنے آ گئی ہے کہ دعا دا انداز کی ہونا چاہیدا ہے اللہ پاک جو سنیا ہے جو سنایا ہے اے ساری سورت نوح مکمل الحمدللہ ساڈے سامنے آ گئی ہے اور نوح علیہ الصلوۃ والسلام دا ذکر میں اینو مختصر کر کے جامع کر کے سورت نوح پوری دے وچوں پوری سورت نوح احباب دے سامنے رکھ دیتا ہے اللہ پاک سانو انہاں چیزاں نو سمجھن دی چھوٹیاں چھوٹیاں سورتاں دے نکال نکال کے دی تفسیر دا ترجمہ پڑھیا کرو اللہ تے روشن کر دے گا اللہ عمل دی توفیق عطا فرمائے آخر دعوانا ان الحمدللہ رب العالمین